ਬਿੱਲੀਓ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਅਤੇ ਮੈਂ ਤੁਹਾਡਾ ਪ੍ਰਾਹੁਣ ਚਾਰ ਮੀਆਂ ਆਸਫ ਅਲੀ। ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਵਿੱਚ ਖੜ੍ਹਾ ਮੈਂ ਅਤੇ ਫੈਮਿਲੀ ਮੇਰੇ ਨਾਲ ਇੱਕ ਮੌਜੂਦ ਆ, ਇੱਕ ਖਾਨਦਾਨ ਮੌਜੂਦ ਹੈ, ਘਰ ਮੌਜੂਦ ਆ ਪੂਰਾ, ਜਿਹੜਾ ਚੜ੍ਹਦੇ ਪੰਜਾਬ ਤੋਂ ਆਇਆ ਇੱਥੇ ਯਾਤਰਾ ਲਈ। ਜੀ ਆਇਆਂ ਨੂੰ ਜੀ, ਤੁਸੀਂ ਇੱਥੇ ਆਏ ਹੋ? ਹਾਂਜੀ, ਬਹੁਤ ਬਹੁਤ ਪਹਿਲਾਂ ਤੁਹਾਡਾ ਅਤੇ ਤੁਹਾਡੀ ਇਸ ਪੰਜਾਬ ਜਿਹੜੀ ਹਿੰਦੂ ਭਗਤਾਂ ਦੀ ਸਰਕਾਰ ਦਾ ਅਸੀਂ ਬੜੇ ਸਬੂਰਾ ਧੰਨਵਾਦ ਆ, ਰਿਣੀ ਆ ਕਿ 72 ਸਾਲਾਂ ਬਾਅਦ ਇੱਕ ਸਿੱਖ ਦੀ ਮੰਗ ਪੂਰੀ ਹੋਈ ਆ, ਜਿਹੜੇ ਅਸੀਂ ਦੋ ਟਾਈਮ ਵਾਹਿਗੁਰੂ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਸੀਗੇ, ਉਹ ਤੁਸੀਂ ਇਹਨੂੰ ਅੱਜ ਬੂਰ ਪਾਇਆ ਆ ਅਤੇ ਸਾਨੂੰ, ਅਸੀਂ ਬੜੇ ਤੁਹਾਡੇ ਰਿਣੀ ਆ ਕਿ ਤੁਸੀਂ ਇਹ ਸਾਡੇ ਲਈ ਇਹ ਜਿਹੜੇ ਆ ਰਾਹ ਖੁੱਲ੍ਹੇ ਆ ਪੰਜਾਬੀਆਂ ਦੇ ਇਕੱਠੇ ਹੋਣ ਨੂੰ, ਬਾਬੇ ਨਾਨਕ ਦੀ ਉਸ ਪੈੜਾਂ ਨੂੰ ਆਪਾਂ ਸਜਦਾ ਕਰਨ ਆਏ ਹਾਂ। ਅਤੇ ਦੂਜਾ ਨੰਬਰ ਜਿਹੜਾ ਤੁਹਾਡਾ ਪੰਜਾਬ ਪ੍ਰਚਾਰ ਆ, ਨਾਂ ਬੜਾ ਵਧੀਆ ਲੱਗਿਆ ਵੀ ਤੁਸੀਂ ਇਹ ਨਾਂ ਬੜਾ ਵਧੀਆ ਦਿੱਤਾ, ਪੰਜਾਬ ਪ੍ਰਚਾਰ TV। ਅਤੇ ਮੈਂ ਚਾਹੁੰਦਾ ਜਿਹੜਾ 1947 ਤੋਂ ਜਿਹੜੀ ਇੱਥੇ ਭਗਤਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਉੱਪਰ ਬੈਨ ਲੱਗਾ ਆ, ਉਹਨੂੰ ਪਹਿਲੀ ਭਾਸ਼ਾ ਦਾ 13 ਕਰੋੜ ਦੀ ਆਬਾਦੀ ਹੋਣ ਦੇ ਬਾਵਜੂਦ ਵੀ ਉਹਨੂੰ ਪਹਿਲੀ ਭਾਸ਼ਾ ਦਾ ਦਰਜਾ ਨਹੀਂ ਮਿਲਿਆ, ਤਾਂ ਮੈਨੂੰ ਅਫਸੋਸ ਵੀ ਇਸ ਗੱਲ ਦਾ। ਪਰ ਤੁਹਾਡੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ, ਵਾਹਿਗੁਰੂ ਬਾਬਾ ਨਾਨਕ ਇਹਨੂੰ ਭਾਗ ਲਾਵੇ ਕਿ ਪੰਜਾਬੀ ਇੱਥੇ ਹਰ ਬੱਚੇ ਨੂੰ ਪੜ੍ਹਾਈ ਜਾਵੇ, ਹਰ ਇਸ ਦੇਸ਼ ਦੇ ਵਸਿੰਦੇ ਨੂੰ ਪੜ੍ਹਾਈ ਜਾਵੇ, ਔਰ ਆਪਣੀ ਪੰਜਾਬ ਦੀ ਜਿਹੜੀ ਮਹਾਂ ਪੰਜਾਬ ਸੀਗਾ, ਜਦੋਂ ਇੱਕ ਪੰਜਾਬ ਇੱਕ ਰਾਜ ਸੀਗਾ, ਪੰਜਾਬ ਇੱਕ ਦੇਸ਼ ਸੀਗਾ, ਉਸ 'ਤੇ ਆਪਾਂ ਦੁਬਾਰਾ ਅਸੀਂ ਉਸ ਨੂੰ ਆਪਣੇ ਇਤਿਹਾਸ ਨੂੰ ਜਾਣ ਸਕੀਏ, ਆਪਣੇ ਬੱਚਿਆਂ ਨੂੰ ਪੰਜਾਬੀ ਕਿੰਨੇ ਯੋਧੇ ਹੋਏ ਆ ਜਿਨ੍ਹਾਂ ਨੇ ਬੜੀਆਂ ਮੱਲਾਂ ਮਾਰੀਆਂ ਆ, ਬੜੇ ਬਖੂਬੀ ਕੰਮ ਕੀਤੇ ਆ, ਔਰ ਕਿਰਤ ਕਰਨ ਵਾਲੀ ਇਹ ਜਮਾਤ ਵਾ। ਬਾਬੇ ਨਾਨਕ ਦਾ ਸੰਦੇਸ਼, ਕਿਰਤ ਕਰੋ, ਨਾਮ ਜਪੋ ਔਰ ਵੰਡ ਛਕੋ, ਉਸ 'ਤੇ ਆਪਾਂ ਸਾਰੇ ਮਨੁੱਖਤਾ ਨੂੰ ਇਹ ਸਾਂਝੀਵਾਲਤਾ ਦਾ ਸੰਦੇਸ਼ ਦੇ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਛਾ, ਅਤੇ ਇਹ ਦੱਸੋ, ਅਤੇ ਤੁਸੀਂ ਆਏ ਹੋ ਪੂਰੇ ਪਰਿਵਾਰ ਦੇ ਨਾਲ ਆਇਓ, ਕਦੋਂ ਪ੍ਰੋਗਰਾਮ ਬਣਿਆ, ਕਿਵੇਂ ਬਣਿਆ ਅਤੇ ਕਿੱਦਾਂ ਤੁਸੀਂ ਇੱਥੇ ਤੱਕ ਕੱਪੜੇ? ਜਦੋਂ ਇਹ ਕੋਰੀਡੋਰ ਖੁੱਲ੍ਹਿਆ 9 ਤਰੀਕ ਨੂੰ, ਇਹਦਾ ਉਦਘਾਟਨ ਹੋਇਆ, ਸਾਡੇ ਦੋਵਾਂ ਦੇਸ਼ਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਖੁੱਲ੍ਹਿਆ, ਸਾਡੇ ਮਨ 'ਚ ਚਾਅ ਸੀ, ਪਰ ਉੱਧਰ ਵੀ ਅਸੀਂ ਬਾਬੇ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਸੀਗੇ, ਅਤੇ ਅਸੀਂ ਫਿਰ ਇੱਕ ਗਰੁੱਪ ਬਣਾਇਆ, ਉਹ ਤਾਂ ਚਲੋ ਉੱਧਰ ਇੰਤਜ਼ਾਰ ਕਰ ਰਿਹਾ ਸਾਡਾ, ਤੁਹਾਡੇ ਨਾਲ ਸੁਭਾਵਿਕ ਮੁਲਾਕਾਤ ਹੋ ਗਈ। ਅਸੀਂ ਆਪਣਾ 25 ਗਰੁੱਪ ਬਣਾਇਆ ਬੰਦਿਆਂ ਦਾ, ਅਸੀਂ ਫਿਰ 14 ਤਰੀਕ ਨੂੰ ਅਪਲਾਈ ਕੀਤਾ ਅਤੇ ਸਾਨੂੰ ਅੱਜ ਪਰਮਿਸ਼ਨ ਮਿਲੀ ਆ 1 ਤਰੀਕ ਦੀ ਕਿ ਆਪਾਂ ਤੁਹਾਡੇ ਇਸ ਦੇਸ਼ ਦੀ 400 ਧਰਤੀ, ਜਿਹਨੂੰ ਸਿੱਖ ਸਦਾ ਹੀ ਕਦੇ ਸਜਦਾ ਕਰਦਾ, ਔਰ ਕਦੇ ਉਹ ਸਿੱਖ ਕਦੇ ਕੋਈ ਵੀ ਜਿਹੜਾ ਸਿੱਖ ਵਾ, 3 ਕਰੋੜ ਸਾਡੀ ਆਲ ਵਰਲਡ 'ਚ ਪੰਜਾਬ ਆਬਾਦੀ ਆ ਸਾਡੀ ਦੁਨੀਆ 'ਤੇ, ਕਦੇ ਵੀ ਸਿੱਖ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦਾ, ਹਮੇਸ਼ਾ ਆਪਾਂ ਇਹਦੀ ਖੈਰੀਅਤ ਮੰਗਦੇ ਹਾਂ। ਉਹ ਕਿਰਤ ਕਾਣ ਕੌਮਾਂ ਜ਼ਰੂਰ ਇਹਦਾ ਨੁਕਸਾਨ ਚਾਹੁੰਦੀਆਂ, ਪਰ ਆਪਾਂ ਚਾਹੁੰਦੇ ਇਹਨੂੰ ਬਾਬਾ ਨਾਨਕ ਵਾਧਾ ਫੁੱਲਦਾ, ਬਾਬੇ ਨਾਨਕ ਦੀ ਧਰਤੀ ਨੂੰ ਵਾਧਾ ਫੁੱਲਦਾ ਰੱਖੇ, ਇਹਨੂੰ ਸਦਾ ਆਬਾਦ ਅਤੇ ਪੰਜਾਬ ਪੰਜਾਬੀਅਤ ਦੀ ਮਹਿਕ ਨੂੰ ਬਣਦਾ ਰਹੇ। ਅੱਛਾ, ਤੁਸੀਂ ਦੱਸੋ ਜੀ, ਤੁਸੀਂ ਵੀ ਆਏ ਹੋ ਇੱਥੇ ਅੱਜ ਆਪਣੇ ਪੂਰੇ ਘਰ ਦੇ ਨਾਲ ਆਇਓ, ਕੈਸਾ ਲੱਗ ਰਿਹਾ? ਪਹਿਲਾਂ ਆਪਣਾ ਨਾਂ ਦੱਸੋ, ਕਿੱਥੋਂ ਆਏ ਹੋ ਅਤੇ ਕੈਸਾ ਲੱਗ ਰਿਹਾ? ਹਾਂਜੀ, ਮੇਰਾ ਨਾਮ ਇੰਦਰਜੀਤ ਕੌਰ ਆ, ਮੈਂ ਪੰਜਾਬ ਤੋਂ, ਇੰਡੀਆ ਤੋਂ ਪੰਜਾਬ ਤੋਂ ਹਾਂ, ਜ਼ਿਲ੍ਹਾ ਹੁਸ਼ਿਆਰਪੁਰ, ਅਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ, ਬਹੁਤ ਹੀ ਜ਼ਿਆਦਾ ਸਾਰਿਆਂ ਦਾ ਬਿਹੇਵ ਬਹੁਤ ਜ਼ਿਆਦਾ ਵਧੀਆ ਸੀ, ਬਹੁਤ ਹੀ ਜ਼ਿਆਦਾ ਮਿਲਵਰਤਨ, ਸਾਰਿਆਂ ਨੇ ਬਹੁਤ ਹੀ ਜ਼ਿਆਦਾ ਪਿਆਰ ਕੀਤਾ, ਅਤੇ ਅਸੀਂ ਵੀ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਪਿਆਰ ਕਰਦੇ ਹਾਂ, ਇੱਥੇ ਆ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਿਲੀ, ਮਨ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲਿਆ। ਅੰਮੀ ਜੀ ਵੀ ਨਾਲ ਆ ਤੁਹਾਡੇ? ਮੇਰੇ ਮਾਤਾ ਜੀ। ਹਾਂਜੀ, ਉਹਨਾਂ ਨਾਲ ਵੀ ਗੱਲ ਤਰ੍ਹਾਂ ਕਰ ਲਈ ਹੈ? ਨਹੀਂ ਕਰ ਕੇ, ਨਹੀਂ ਬਸ ਉਹ ਵੀ ਧੰਨਵਾਦੀ ਨੇ। ਬਹਰਹਾਲ ਜੀ,
ਬਹੁਤ ਖੁਸ਼ ਹੈ ਫੈਮਿਲੀ ਇੱਥੇ ਆ ਕੇ। ਔਰ ਜਿਹੜੀ ਗੱਲ ਉਹਨਾਂ ਨੇ ਅਸਲ ਕੀਤੀ ਕਿ ਕੋਈ ਵੀ ਸਿੱਖ, ਕੋਈ ਵੀ ਸਰਦਾਰ ਪਾਕਿਸਤਾਨ ਨੂੰ ਮੁਰਦਾਬਾਦ ਨਹੀਂ ਕਹਿ ਸਕਦਾ, ਹਰ ਸਰਦਾਰ ਹਰ ਸਿੱਖ ਪਾਕਿਸਤਾਨ ਦੀ ਖੈਰ ਮੰਗਦਾ, ਇਹੀ ਚਾਹੁੰਦਾ ਕਿ ਇਹ ਦਿਨ ਬ ਦਿਨ ਵੱਧਦਾ ਰਹੇ, ਤਰੱਕੀ ਕਰਦਾ ਰਹੇ ਅਤੇ ਖੁਸ਼ਹਾਲ ਮੁਲਕ ਬਣ ਕੇ ਰਹੇ, ਅਤੇ ਇਹਦੇ ਵਰਗਾ ਮੁਲਕ ਕੋਈ ਹੋਰ ਨਾ ਹੋਵੇ। ਹਰ ਸਿੱਖ ਦੀ ਦਿਲੀ ਦੁਆ ਇਹੀ ਆ, ਇਹਨਾਂ ਭੈਣ ਭਰਾਵਾਂ ਦਾ ਇਹੀ ਕਹਿਣਾ ਸੀ।